ਅੱਜ ਬੀਜੇਪੀ ਨੂੰ ਵੱਡਾ ਝਟਕਾ ਲੱਗਿਆ, ਉਦੋਂ ਲੱਗਿਆ ਜਦੋਂ ਲਵਲੀ ਸਖੀਜਾ ਬੀਜੇਪੀ ਛੱਡ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਉਹਨਾਂ ਦੇ ਨਾਲ ਦਰਜਨਾਂ ਸਾਥੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਇਸ ਮੌਕੇ ਤੇ ਕੈਬਨਿਟ ਮੰਤਰੀ ਚੇਤਨ ਸਿੰਘ ਚੋੜਾਮਾਜਰਾ ਨੇ ਵਿਸ਼ੇਸ਼ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹਨਾਂ ਨੂੰ ਬਲ ਮਿਲਿਆ ਹੈ ਤੇ ਡਾਕਟਰ ਬਲਵੀਰ ਜੀ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਆਮ ਆਦਮੀ ਪਾਰਟੀ ਹੀ ਸੂਬੇ ਦਾ ਵਿਕਾਸ ਕਰ ਸਕਦੀ ਹੈ ਤੇ ਕੁਝ ਹੀ ਦਿਨ ਰਹਿ ਗਏ ਹਨ ਚੋਣਾਂ ਦੇ ਵਿੱਚ। ਲੋਕਾਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ, ਡਾਕਟਰ ਬਲਵੀਰ ਜੀ ਭਾਰੀ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਇਸ ਮੌਕੇ ਤੇ ਉਹਨਾਂ ਦੇ ਨਾਲ ਸੰਦੀਪ ਲੁੰਗਾ, ਲਵਲੀ ਸਖੂਜਾ ਤੇ ਸੈਂਕੜੇ ਸਾਥੀ ਹਾਜ਼ਰ ਸਨ। ਕੁਝ ਦਿਨ ਹੀ ਰਹਿ ਗਏ ਨੇ ਚੋਣਾਂ ਦੇ ਵਿੱਚ, ਕਿਸ ਤਰ੍ਹਾਂ ਦੇਖਦੇ ਹੋ ਕਿ ਵੀ ਕੀ ਪੋਜੀਸ਼ਨ ਹੈ ਆਮ ਆਦਮੀ ਪਾਰਟੀ ਦੀ? ਦੇਖੋ, ਪੰਜਾਬ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਜਦੋਂ ਦੇ ਮੁੱਖ ਮੰਤਰੀ ਬਣੇ ਨੇ ਉਦੋਂ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਹਿੱਤ ਲਈ, ਪੰਜਾਬ ਦੇ ਭਲੇ ਲਈ ਕਦਮ ਪੁੱਟ ਰਹੇ ਨੇ ਔਰ ਜਿੰਨੇ ਵੀ ਫੈਸਲੇ ਕੀਤੇ ਨੇ ਪੰਜਾਬ ਦੇ ਹਿੱਤ ਲਈ ਕੀਤੇ ਨੇ ਔਰ ਉਸਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਦਾ ਬਹੁਤ ਸਾਰਾ ਪਿਆਰ ਆ ਜਿਹੜਾ ਵੱਖ ਵੱਖ ਥਾਵਾਂ 'ਤੇ ਮਿਲ ਰਿਹਾ। ਸੋ ਅੱਜ ਅਸੀਂ ਸਮਾਣਾ ਦੇ ਵਿੱਚ ਸਾਡੇ ਭਰਾ ਸੁਸ਼ੀਲ ਲਵਲੀ ਸੁਖੀਜਾ ਜੀ, ਉਹਨਾਂ ਨੇ ਬੀਜੇਪੀ ਦੇ ਜਿਹੜੇ ਵਪਾਰ ਮੰਡਲ ਦੇ ਪ੍ਰਧਾਨ ਸੀਗੇ ਉਹਨਾਂ ਨੇ ਬੀਜੇਪੀ ਨੂੰ ਛੱਡ ਕੇ ਸਾਡੇ ਨਾਲ ਪਾਰਟੀ ਜੁਆਇਨ ਕੀਤੀ ਹੈ। ਸੋ ਇਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਉਮੀਦ ਕਰਦੇ ਹਾਂ ਕਿ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਸਮਾਣਾ ਵਿਧਾਨ ਸਭਾ ਔਰ ਪਟਿਆਲਾ ਲੋਕ ਸਭਾ ਜਿਹੜੀ ਵੱਧ ਤੋਂ ਵੱਧ ਆ ਸਾਡੇ ਸਾਰੇ ਜੁੰਮਾ ਸਾਹਿਬ ਖੜ੍ਹੇ ਨੇ, ਸਾਰੇ ਸਾਰੇ ਸਾਡੇ ਸਰਕਾਰ ਦੇ ਸੰਜੇ ਖੜ੍ਹੇ ਨੇ, ਸਾਰੇ ਲਵਲੀ ਜੀ ਖੜ੍ਹੇ ਨੇ, ਇਹ ਸਾਰੇ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੂੰ ਇੱਥੋਂ ਜਿਤਾ ਕੇ ਜਿਹੜਾ ਲੋਕ ਸਭਾ ਜਿਤਾ ਕੇ ਲੋਕ ਸਭਾ 'ਚ ਭੇਜਾਂਗੇ, ਡਾਕਟਰ ਬਲਬੀਰ ਜੀ ਨੂੰ ਭੇਜਾਂਗੇ। ਧੰਨਵਾਦ।